ਬਟਾਲਾ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਚੱਲ ਰਹੀ ਤਕਰਾਰ ਵੱਧਦੀ ਜਾ ਰਹੀ ਹੈ। ਟਿਕਟਾਂ ਦੀ ਵੰਡ ਨੂੰ ਲੈ ਕੇ ਆਏ ਜਿੱਥੇ ਅਕਾਲੀ ਦਲ ਦੇ ਕਈ ਆਗੂ ਜ਼ਿਲ੍ਹਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ, ਉੱਥੇ ਭਾਜਪਾ ਦੀ ਟਿਕਟ ਤੋਂ ਚੋਣ ਲੜਨ ਦੇ ਦਾਅਵੇਦਾਰ ਵਿਨੋਦ ਸ਼ਰਮਾ ਦੀ ਅਗਵਾਈ ਵਿੱਚ ਇਕੱਠੇ ਹੋਏ। ਦੋਵਾਂ ਧਿਰਾਂ ਵੱਲੋਂ ਟਿਕਟਾਂ ਦੀ ਵੰਡ ਨੂੰ ਲੈ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ, ਪਰ ਦੋਵੇਂ ਧਿਰਾਂ ਦੀ ਟਿਕਟਾਂ ਦੀ ਵੰਡ ਨੂੰ ਲੈ ਕੇ ਬੁਰੀ ਤਰ੍ਹਾਂ ਉਲਝ ਗਈਆਂ। ਇਸੇ ਮੌਕੇ ਮੀਡੀਆ ਨੂੰ ਸਾਰੀ ਕਾਰਵਾਈ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਦੱਸ ਦਈਏ ਕਿ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ 26 ਵਾਰਡਾਂ 'ਚ ਚੋਣ ਲੜਨ 'ਤੇ ਅੜੀ ਹੋਈ ਹੈ ਅਤੇ ਦੂਜੇ ਪਾਸੇ ਇਸ ਵਾਰ ਵੱਧ ਸੀਟਾਂ ਦੀ ਦਾਅਵੇਦਾਰੀ ਕਰ ਰਹੀ ਹੈ। ਹੁਣ ਇਹ ਮਾਮਲਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕਮਲ ਸ਼ਰਮਾ ਕੋਲ ਪਹੁੰਚ ਗਿਆ। ਤਕਰੀਬਨ ਸਾਰੀਆਂ ਕਮੇਟੀਆਂ ਦੇ ਉੱਤੇ ਸਹਿਮਤੀ ਹੋਈ ਹੈ। ਇੱਕ ਦੋ ਨੂੰ ਥੋੜ੍ਹਾ ਜਿਹਾ ਸਾਡਾ ਥੋੜ੍ਹਾ ਜਿਹਾ ਤਕਰਾਰ ਸੀ ਸੀਟਾਂ ਦਾ, ਉਹ ਅਸੀਂ ਉੱਪਰ ਸਟੇਟ ਲੈਵਲ ਦੇ ਉੱਤੇ ਭੇਜ ਰਹੇ, ਬਾਕੀ ਸਾਰੀਆਂ ਕਮੇਟੀਆਂ ਦੇ ਫੈਸਲੇ ਹੋ ਗਏ। ਬਟਾਲਾ ਜਿਹੜਾ ਕਿਉਂਕਿ ਇੱਥੇ ਚੇਂਜ ਹੋਈ ਹੈ ਸੀਟ ਅਕਾਲੀ ਦਲ ਦੀ ਅਤੇ BJP ਦੀ MLA ਦੀ, ਥੋੜ੍ਹਾ ਜਿਹਾ MLA ਸਾਹਿਬ ਕਲੇਮ ਕਰਦੇ ਆ ਕਿ ਜਿਸ ਤਰ੍ਹਾਂ ਪਹਿਲਾਂ BJP ਸੀ ਜ਼ਿਆਦਾ ਸੀਟਾਂ 'ਤੇ 26 ਅਤੇ ਉਹ ਸਾਨੂੰ ਦਿੱਤੀਆਂ ਜਾਣ ਅਤੇ 7 ਉਹਨਾਂ ਨੂੰ ਦਿੱਤੀਆਂ ਜਾਣ। ਸ਼੍ਰੋਮਣੀ ਅਕਾਲੀ ਦਲ ਨੇ ਹਰ ਬੂਥ ਦੇ ਉੱਤੇ ਆਪਣੀ ਲੜਾਈ ਲੜਨੀ ਹੈ। ਜੇ ਉਹਦੀ ਹਰ ਵਾਰਡ ਦੇ ਵਿੱਚ ਆਪਣਾ ਬੰਦੇ ਨਹੀਂ ਹੁੰਦੇ, ਤਾਂ ਪਿਛਲੀ ਵਾਰ ਸਾਡੇ ਨਾਲ ਇਸੇ ਗੱਲ ਤੋਂ ਨੁਕਸਾਨ ਹੋਇਆ ਕਿ ਸਾਡੇ ਵਾਰਡਾਂ ਦੇ ਬੂਥਾਂ ਦੇ ਵਿੱਚ ਬੰਦੇ ਜਿਹੜੇ ਆ ਮੁੜ ਕੇ ਬੂਥ ਛੱਡ ਕੇ ਚਲੇ ਗਏ ਸੀ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮੈਂ ਅਪੀਲ ਕੀਤੀ ਆ, ਅਬਜ਼ਰਵਰ ਨੂੰ ਵੀ ਕੀਤੀ ਆ ਕਿ ਮੇਰਾ ਬੜਾ ਵਾਜਬ ਮੁਤਾਲਬਾ ਆ ਕਿ ਜੇ ਮੈਂ ਹਲਕਾ ਇੰਚਾਰਜ ਹਾਂ ਅਤੇ ਜੇ ਮੈਂ ਇੱਥੇ ਮਿਊਂਸੀਪਲ ਕਮੇਟੀ ਨਹੀਂ ਆਪਣੀ ਬਣਾਉਣੀ, ਜੇ ਇੱਥੇ ਟਰੱਸਟ ਹੀ ਨਹੀਂ ਮੇਰੀ ਮਰਜ਼ੀ ਦੇ ਮੁਤਾਬਕ ਚੱਲਣਾ, ਤਾਂ ਫਿਰ ਮੈਂ ਇਸ ਹਲਕੇ ਨੂੰ ਕਿਵੇਂ ਚਲਾ ਸਕਦਾ। ਫਸਟ ਜੋ ਪਿਛਲਾ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਸ਼ੇਅਰਿੰਗ ਹੁੰਦੀ ਹੈ, 26 ਸੀਟਾਂ ਆਪਾਂ ਭਾਰਤੀ ਜਨਤਾ ਪਾਰਟੀ ਵੱਲੋਂ ਔਰ 7 ਸੀਟਾਂ ਆਪਾਂ ਜਿਹੜੀਆਂ ਉਹ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਤੋਂ ਅਸੀਂ ਲੜਦੇ ਜਾਂਦੇ ਪਏ ਹਾਂ। 2 ਸੀਟਾਂ ਵਧੀਆ ਵਾ ਔਰ ਮੈਨੂੰ ਲੱਗਦਾ ਵਾ ਤਰਕ ਦੇ ਆਧਾਰ ਦੇ ਉੱਤੇ 2 ਸੀਟਾਂ ਦੀ ਜਿਹੜੀ ਸ਼ੇਅਰਿੰਗ ਸੀ ਉਹਦੀ ਚਰਚਾ ਹੋਣੀ ਚਾਹੀਦੀ ਸੀ, ਲੇਕਿਨ ਕੁਛ ਸਿਰਫ ਹਲਕਾ ਚੇਂਜ ਹੋਣ ਦੇ ਕਰਕੇ ਨਾ ਤਾਂ ਕੋਈ ਜੋਗ੍ਰਾਫਿਕਲੀ ਏਰੀਆ ਚੇਂਜ ਹੋਇਆ ਵਾ ਔਰ ਨਾ ਹੀ ਪਾਪੂਲੇਸ਼ਨ ਨਾ ਹੀ ਵਰਕਰ ਦਾ ਘਰ ਚੇਂਜ ਹੋਏ ਨੇ, ਸਾਰੇ ਉੱਥੇ ਤੋਂ ਉੱਥੇ ਬੈਠੇ ਨੇ। ਵੈਸੇ ਕੈਡਰ ਸਾਡਾ ਬੈਠਾ ਦਾ ਵਾ ਔਰ 2 ਸੀਟਾਂ ਦੀ ਚਰਚਾ ਹੋਣੀ ਚਾਹੀਦੀ ਸੀ, ਲੇਕਿਨ ਅਨਫੋਰਚੁਨੇਟਲੀ ਜੈਸਾ ਵਿਸ਼ਾ ਉਠਾਇਆ ਗਿਆ ਵੀ ਟੋਟਲੀ ਰੀਸ਼ਫਲ ਕੀਤੀ ਜਾਏ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।